रणजीत एवेन्यू इलाके दे विच रणजीत एवेन्यू दी पुलिस वालों बीती रात रेड की गई जिथे हुक्का बार चलाया जा रहा सी ते शराब भी पिलाई जा रही सी। सब तो वड्डी गल ए है कि मुंबई वांग इत्थे अमृतसर विच इस बार विच अर्ध नग्न होके लड़कियां वालों डांस किया जा रहा सी ते लोग हुक्का पी रहे सन। पुलिस अधिकारी अमनदीप कौर ने दस्सिया है कि असीं मुखबिर खास दी सूचना दे आधार ते उत्थे रेड कीती। इत्थे बिना लसेंस तो लोगों नूं शराब पिलाई जा रही सी ते लोगों नूं हुक्का भी पिलाया जा रहा सी। पुलिस अधिकारी ने दस्सिया कि काफ़ी लोग शराब ते हुक्के दा सेवन कर रहे सन। उन्हें कहा कि सानूं 14 दे करीब हुक्के ते शराब दीआं बोतलां बरामद होईआं हन। उन्हें कहा कि जिस दे चलदे असीं बार मालक नूं लसेंस दिखाउण लई कहा ते सानूं उन्हां वल्लों कोई मंजूरी जां लाइसेंस नहीं दिखाया गया। उन्हें कहा कि असीं इन्हां दे खिलाफ़ मुकदमा दर्ज कर दिता है ते असीं बार दे मालक दे खिलाफ़ FIR दर्ज कर दित्ती है अते बार दे मैनेजर नूं काबू कर लिया गया है। ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਨੇ ਰਣਜੀਤ ਐਵੀਨਿਊ ਦੇ ਵਿੱਚ ਪਬਲਿਕ ਪਲੇਸ 'ਤੇ ਦਾਰੂ ਅਤੇ ਬਾਰਾਂ ਦੇ ਵਿੱਚ ਚਲਾਏ ਜਿਹੜੇ ਹੁੱਕੇ ਚਲਾਉਂਦੇ ਨੇ ਹੁੱਕਾ ਬਾਰ 'ਤੇ ਜਿਹੜੇ ਨੇ ਸਖਤੀ ਦੇ ਨਾਲ ਕਾਰਵਾਈ ਕਰਦਿਆਂ ਜਿਹੜੀ ਹੈ ਕੱਲ੍ਹ ਬੀਤੇ ਦਿਨ ਹੀ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਕਿ ਦਾ ਬਲਾਈਂਡ ਟਾਈਗਰ ਦੇ ਵਿੱਚ ਜਿਹੜੀ ਹੈ ਸ਼ਰੇਆਮ ਜਿਹੜਾ ਹੁੱਕਾ ਚਲਾਇਆ ਜਾ ਰਿਹਾ ਜਿਹਦੇ ਮੁਤਾਬਿਕ ਤੇ ਕਾਰਵਾਈ ਕਰਦਿਆਂ ਜਿਹੜੀ ਹੈ ਸਾਡੀ ਪੁਲਿਸ ਪਾਰਟੀ ਨੇ ਮੌਕੇ 'ਤੇ ਰੇਡ ਕੀਤੀ ਜਿੱਥੇ ਜਿਹੜੇ ਹੁੱਕੇ ਜਿਹੜੇ ਨੇ ਬਰਾਮਦ ਕੀਤੇ ਗਏ ਅਤੇ ਉਹਦੇ ਜਿਹੜੇ ਬਲਾਈਂਡ ਟਾਈਗਰ ਦਾ ਮਾਲਕ ਨਿਤੇਸ਼ ਉਬੇ ਦੇ ਖਿਲਾਫ ਦਾ ਸਿਗਰਟ ਐਂਡ ਤੰਬਾਕੂ ਐਕਟ ਦੇ ਅਧੀਨ ਜਿਹੜੀ ਹੈ ਕਾਰਵਾਈ ਕੀਤੀ ਗਈ ਅਤੇ FIR ਰਜਿਸਟਰ ਕੀਤੀ ਗਈ। ਕਿਤੇ ਜਦੋਂ ਰੇਡ ਕੀਤੀ ਗਈ ਅਤੇ ਅਜਿਹੀ ਕੋਈ ਗੱਲ ਜਿਹੜੀ ਹੈ ਉੱਥੇ ਜਿਹੜੀਆਂ ਲੜਕੀਆਂ ਜਿਹੜੀਆਂ ਨੇ ਕੋਈ ਜਿਹੜੀਆਂ ਨੇ ਬਰਾਮਦ ਨਹੀਂ ਹੋਈਆਂ, ਇਨਕੇਸ ਜੇ ਭਵਿੱਖ ਦੇ ਵਿੱਚ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਨਾਂ 'ਤੇ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾਏ। ਰਣਜੀਤ ਐਵੀਨਿਊ ਦੇ ਵਿੱਚ ਪੈਂਦੇ ਸਾਰੇ ਬਾਰ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਇਹ ਹਦਾਇਤ ਕਰਦੀ ਹੈ ਅਤੇ ਅਪੀਲ ਕਰਦੀ ਹੈ ਕਿ ਜਿਨ ਜਿਹੜੇ ਹੁੱਕਾ ਚਲਾਉਣਾ ਹੈ ਇਹ ਗੈਰ ਕਾਨੂੰਨੀ ਹੈ ਅਤੇ ਇਹਦੇ ਵਿੱਚ ਜਿਹੜੇ ਕਿਸੇ ਵੀ ਬਾਰ ਦੇ ਵਿੱਚ ਜਿਹੜਾ ਹੁੱਕਾ ਨਾ ਚਲਾਇਆ ਜਾਵੇ, ਅਦਰਵਾਈਜ਼ ਜਿਹੜਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਇਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਲਈ DC ਸਾਹਿਬ ਨੂੰ ਅਤੇ ਜਿਹੜੇ ਸੰਬੰਧਿਤ ਮਹਿਕਮੇ ਨੂੰ ਲਿਖ ਕੇ ਭੇਜਿਆ ਜਾਵੇਗਾ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।